ਇੰਡੀਆ ਨਿਊਜ਼। ਵੱਡੀ ਖਬਰ ਚੰਡੀਗੜ੍ਹ ਤੋਂ, ਜਿੱਥੇ ਯੂਟੀ ਦੇ ਤਕਨੀਕੀ ਵਿਭਾਗ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਸੋ ਮਹਿਕਮੇ ਦੇ ਮੁਲਾਜ਼ਮਾਂ ਨੇ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਮਨਪ੍ਰੀਤ ਬਾਦਲ ਦਾ ਇੱਕ ਪੋਸਟਰ ਬਣਾਇਆ। ਵੱਡੀ ਖਬਰ, ਪੋਸਟਰ 'ਚ ਭੀਕ ਮੰਗ ਰਹੇ ਨੇ ਮਨਪ੍ਰੀਤ ਬਾਦਲ। ਤਸਵੀਰਾਂ ਸਿੱਧੀਆਂ ਤੁਹਾਨੂੰ ਵਿਖਾਉਂਦੇ ਹਾਂ ਜੋ ਪ੍ਰਦਰਸ਼ਨ ਕੀਤਾ ਗਿਆ ਯੂਟੀ ਮੁਲਾਜ਼ਮਾਂ ਵੱਲੋਂ। ਸੋ ਇਸ ਪੋਸਟਰ ਦੇ ਵਿੱਚ ਭੀਕ ਮੰਗ ਰਹੇ ਨੇ ਮਨਪ੍ਰੀਤ ਬਾਦਲ। ਸੋ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਆਪਣੇ ਦਫ਼ਤਰ ਦੇ ਬਾਹਰ ਇਹ ਪੋਸਟਰ ਲਾਏ ਗਏ ਨੇ ਯੂਟੀ ਦੇ ਤਕਨੀਕੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ, ਅਤੇ ਪ੍ਰਦਰਸ਼ਨ ਕੀਤਾ ਗਿਆ ਕਿ ਨਵੇਂ ਟੈਕਸ ਲਾਏ, ਵਿਕਾਸ ਪ੍ਰੋਜੈਕਟ ਬੰਦ ਕੀਤੇ, ਲੋਕ ਭਲਾਈ ਯੋਜਨਾਵਾਂ 'ਤੇ ਕਾਟਾ ਫੇਰਿਆ, ਤਨਖਾਹਾਂ ਕੱਟੀਆਂ, ਪਰ ਖਜ਼ਾਨਾ ਫੇਰ ਖਾਲੀ ਦਾ ਖਾਲੀ। ਹੁਣ ਭੀਕ ਮੰਗਣੀ ਪੈ ਰਹੀ ਹੈ ਮੰਤਰੀ ਸਾਹਿਬ ਨੂੰ। ਇੱਕ ਪੋਸਟਰ ਲਾ ਕੇ ਮੁਜ਼ਾਹਰਾ ਜਿਹੜਾ ਕੀਤਾ ਗਿਆ, ਯੂਟੀ ਦੇ ਤਕਨੀਕੀ ਵਿਭਾਗ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂਟੀ, ਜਿਨ੍ਹਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਸਰਕਾਰ ਦੇ ਖਿਲਾਫ਼। ਔਰ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਪੋਸਟਰ ਲਾਏ ਗਏ ਨੇ, ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਪੋਸਟਰ ਲੱਗੇ ਨੇ ਆਪਣੇ ਦਫ਼ਤਰ ਦੇ ਬਾਹਰ। ਇਹਨਾਂ ਮੁਲਾਜ਼ਮਾਂ ਨੇ ਇਹ ਪੋਸਟਰ ਲਾ ਕੇ ਆਪਣਾ ਰੋਸ ਜ਼ਾਹਰ ਕੀਤਾ। ਸੋ ਵਿਭਾਗ ਦੇ ਮੁਲਾਜ਼ਮਾਂ ਨੇ ਅਨੋਖੇ ਢੰਗ ਨਾਲ ਇਹ ਪ੍ਰਦਰਸ਼ਨ ਕੀਤਾ। ਮਨਪ੍ਰੀਤ ਬਾਦਲ ਦੇ ਪੋਸਟਰ ਲਾਏ ਗਏ ਨੇ, ਇੱਕ ਵਾਰੀ ਉਹ ਪੋਸਟਰ ਵੀ ਤੁਹਾਨੂੰ ਵਿਖਾਉਂਦੇ ਹਾਂ ਕਿ ਜਿਹੜੇ ਪੋਸਟਰ ਲਾਏ ਗਏ ਨੇ। ਸੋ ਇਹ ਪੋਸਟਰ ਮਨਪ੍ਰੀਤ ਬਾਦਲ ਦੇ ਲਾਏ ਗਏ ਨੇ, ਨਵੇਂ ਟੈਕਸ ਲਾਏ, ਵਿਕਾਸ ਪ੍ਰੋਜੈਕਟ ਬੰਦ ਕੀਤੇ, ਲੋਕ ਭਲਾਈ ਯੋਜਨਾਵਾਂ 'ਤੇ ਕਾਟਾ ਫੇਰਿਆ, ਤਨਖਾਹਾਂ ਕੱਟੀਆਂ, ਪਰ ਖਜ਼ਾਨਾ ਫੇਰ ਵੀ ਖਾਲੀ ਦਾ ਖਾਲੀ। ਹੁਣ ਭੀਕ ਮੰਗਣੀ ਹੀ ਬਾਕੀ ਰਹਿ ਗਈ ਹੈ, ਉਹ ਵੀ ਮੰਗ ਕੇ ਵੇਖ ਲਓ ਮੰਤਰੀ ਸਾਹਿਬ। ਇਸ ਪੋਸਟਰ ਦੇ ਵਿੱਚ ਲਿਖਿਆ ਹੋਇਆ, ਜੋ ਪੋਸਟਰ ਤੁਸੀਂ ਵੇਖ ਸਕਦੇ ਹੋ ਕਿ ਇੱਕ ਭਿਖਾਰੀ ਦੀ ਤਰ੍ਹਾਂ ਪੋਸਟਰ ਬਣਾਇਆ ਗਿਆ, ਔਰ ਉਹ ਪੋਸਟਰ ਜਿਹੜਾ ਇਹਨਾਂ ਮੁਲਾਜ਼ਮਾਂ ਵੱਲੋਂ ਲਾ ਕੇ ਆਪਣਾ ਰੋਸ ਜ਼ਾਹਰ ਕੀਤਾ ਗਿਆ। ਸੋ ਅਨੋਖੇ ਢੰਗ ਦੇ ਨਾਲ ਪ੍ਰਦਰਸ਼ਨ, ਮੁਲਾਜ਼ਮ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂਟੀ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ। ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਸਰਕਾਰ ਖਿਲਾਫ਼ ਪ੍ਰਦਰਸ਼ਨ, ਯੂਟੀ ਦੇ ਤਕਨੀਕੀ ਵਿਭਾਗ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ। ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਪੋਸਟਰ ਲਾਏ ਗਏ ਨੇ, ਪਰ ਫਿਰ ਤੋਂ ਇਹ ਪੋਸਟਰ ਤੁਸੀਂ ਵੇਖੋ, ਖਾਲੀ ਖਜ਼ਾਨਾ ਮੰਤਰੀ ਇਹਨਾਂ ਪੋਸਟਰਾਂ ਦੇ ਵਿੱਚ ਸਭ ਤੋਂ ਉੱਤੇ ਲਿਖਿਆ ਹੋਇਆ। ਤੁਸੀਂ ਵੇਖ ਸਕਦੇ ਹੋ ਜੋ ਪੋਸਟਰ ਲਾਇਆ ਗਿਆ ਇਹਨਾਂ ਮੁਲਾਜ਼ਮਾਂ ਵੱਲੋਂ। ਪੋਸਟਰ ਦੇ ਵਿੱਚ ਤੁਸੀਂ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਵੇਖ ਪਾ ਰਹੇ ਹੋ, ਜੋ ਕਿ ਤੁਸੀਂ ਸਮਝ ਸਕਦੇ ਹੋ ਕਿ ਕਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਆਪਣਾ ਰੋਸ ਮੁਲਾਜ਼ਮਾਂ ਵੱਲੋਂ ਉਹ ਜ਼ਾਹਿਰ ਕੀਤਾ ਗਿਆ। ਔਰ ਜੇ ਇਸ ਪੋਸਟਰ ਦੀ ਗੱਲ ਕਰੀਏ ਤਾਂ ਉਸ ਵਿੱਚ ਸਿੱਧੇ ਤੌਰ 'ਤੇ ਲਿਖਿਆ ਹੋਇਆ ਹੈ ਕਿ ਨਵੇਂ ਟੈਕਸ ਲਾਏ, ਵਿਕਾਸ ਪ੍ਰੋਜੈਕਟ ਬੰਦ ਕੀਤੇ, ਲੋਕ ਭਲਾਈ ਯੋਜਨਾਵਾਂ 'ਤੇ ਕਾਟਾ ਫੇਰਿਆ, ਤਨਖਾਹਾਂ ਕੱਟੀਆਂ, ਪਰ ਖਜ਼ਾਨਾ ਫੇਰ ਵੀ ਖਾਲੀ ਦਾ ਖਾਲੀ। ਹੁਣ ਭੀਕ ਮੰਗਣੀ ਹੀ ਬਾਕੀ ਰਹਿ ਗਈ, ਉਹ ਵੀ ਮੰਗ ਕੇ ਵੇਖ ਲਓ ਮੰਤਰੀ ਸਾਹਿਬ। ਇਹਨਾਂ ਦੇ ਵਿੱਚ ਲਿਖਿਆ ਹੋਇਆ, ਸਭ ਤੋਂ ਉੱਤੇ ਲਿਖਿਆ ਹੈ, ਖਾਲੀ ਖਜ਼ਾਨਾ ਮੰਤਰੀ। ਕੀਤੀ ਜਾਵੇ ਪੰਜਾਬ ਔਰ ਯੂਟੀ ਦੇ ਟੈਕਨੀਕਲ ਟੀਚਰਸ ਦੀ। ਅੱਜ ਇਹਨਾਂ ਵੱਲੋਂ ਚੰਡੀਗੜ੍ਹ 'ਚ ਧਰਨਾ ਦਿੱਤਾ ਜਾ ਰਿਹਾ ਹੈ, ਔਰ ਇੱਕ ਨਵੇਂ ਤਰ੍ਹਾਂ ਦਾ ਧਰਨਾ ਦਿੱਤਾ ਜਾ ਰਿਹਾ। ਇੱਥੇ ਅਸੀਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਦਾ ਇਹਨਾਂ ਨੇ ਇੱਕ ਅਨੋਖਾ ਜਿਹੜਾ ਹੈਗਾ ਹੈ ਸਟਾਈਲ ਅਪਣਾਇਆ ਅੱਜ ਦੇ ਧਰਨੇ ਦਾ। ਪਹਿਲਾਂ ਇਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਜਿਹੜੀ ਹੈਗੀ ਹੈ ਕੋਸ਼ਿਸ਼ ਕਰਾਂਗੇ। ਹਾਂਜੀ ਸਰ, ਆਪਣਾ ਨਾਮ? ਹਾਂਜੀ, ਮੇਰਾ ਨਾਮ ਸਤਿੰਦਰਪਾਲ ਸਿੰਘ, ਮੈਂ ਆਪਣੀ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਬੋਲ ਰਿਹਾ, ਅਤੇ ਮੈਂ ਆਪਣਾ ਸਟੂਡੈਂਟ ਗ੍ਰੇਡ 2 ਇੱਥੇ ਵਿਭਾਗ ਵਿੱਚ ਕੰਮ ਕਰਦਾ। ਅੱਜ ਜੋ ਅਸੀਂ ਜਿਹੜਾ ਰੋਸ ਮੁਜ਼ਾਹਰਾ ਕਰ ਰਹੇ ਹਾਂ, ਇਹ ਆਪਣਾ ਸਰਕਾਰ ਦੀਆਂ ਮਾੜੀਆਂ ਨੀਤੀਆਂ, ਵਿਭਾਗ ਦੀਆਂ ਮਾੜੀ ਨੀਤੀਆਂ ਦੇ ਸੰਬੰਧ ਵਿੱਚ ਕਰ ਰਹੇ ਹਾਂ। ਜੋ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਦਾ ਧਰਨਾ ਜਿਹੜਾ ਹੈਗਾ ਦਿੱਤਾ ਜਾ ਰਿਹਾ? ਸਾਡੀ ਜਿਹੜੀ ਮੇਨ ਮੰਗ ਆ, ਇੱਕ ਸਰਕਾਰ ਨੇ ਜੂਨ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ
भी विभाग में जोड़े भी खाते है वो बंद करके पैसे खजाने जमा कराओ, लेकिन विभाग में अफसर शाही जिड़ी कि एक दूजे के ना लड़ते पिटते हैं उन्होंने इस अपना गलबात गौर नहीं की। हूँ सानू जी प्रॉब्लम आई है तनखा साड़ी रिलीज नहीं कर रही टी एंड डी वाले या वित्त विभाग वाले, पहला उन्होंने यही शर्त रखी भी साढ़े अपना खाते बंद करो। कुल 11 खाते है जेडे कि विभाग में अपना बगैर अप्रूवल तो इन्होंने रखे हुए हैं। एक साड़ी मानयोग एडिशनल डायरेक्टर है, एक टैक्नीकल मेरे मोहनवीर सिंह जी है जो कि इन्होंने खाते बंद नहीं करवाना चाहते। असं इन्हों मुड़ मुड़ बार बार बेनती करते रहे भी तुम ये खाते बंद करो या इन्हों का फैसला कराओ रखने या नहीं रखने, पर 26/11 फाइल चली एक मीटिंग करी इन्होंने एफ डी डिपार्टमेंट नाल। जी मीटिंग हुई है वो ये लिया गया भी 9 खाते जोड़े है असं थोड़ा अप्रूवल दे देंगे, लेकिन जी भी जी 9 अप्रूवल वाली है अप्रूवल वाली हैगी फाइल हाले दबी हुई है भी सानू 7 महीने हो गए जी विभाग कर्मचारियों को तनखा नहीं मिल रही। तनखा जी मिलती है मिन्नत करके तरले पा के मिलती है, कदे 7 मिलती है कभी 8 मिलती है कदे 9 मिलती है। सो अज जी प्रोटेस्ट है असी कर रहे हैं भी साड़ी सानू सैलरी दवाई जाए। सारे पंजाब जी सैलरी है ऑलरेडी 90% से वध मिल चुकी है। चंडीगढ़ में जोड़े 5 डायरेक्टोरेट आ जिन्हों के खातों का चक्कर पै रहा उन्होंने भी अफसर शाही का रोल हैगा, इस करके भी साढ़े जोड़े महकमे बच्चे गल की आवे पोलोटैक्निक टीचर से इलावा होर कि डिपार्टमेंट के टीचर है टीचर नहीं है असं अपने डायरेक्टोरेट के आई टी विंग टैक्निकल मुलाजम आ जोड़े कि ABCD क्लैरिकल स्टाफ आ साडा, लेकिन जोड़े पंजाब साढ़े ITI है पोलीटैक्निकल उन्होंने मेरे ख्याल 90% सैलरी इन्हें रिलीज़ हो चुकी है। साढ़े 11 खातों करके सानू ये सानू पीस रहे ना ये बंद करवाते ना इन्हों का फैसला करवाते हैं तो सानू इस मुकाम से पहुँचाता इन्होंने भी सानू बाहर बैठो धरना दो, लेकिन जब तक साड़ी सैलरी नहीं पैंदी असी इत्थे बैठना असी भी कटोरे लेके बाहर बैठा मनप्रीत बादल वांगू जिद्दां उन्हें कैबिनेट में कटोरे फड़ के अपना बाहर आया, इस करके असी भी मुलाजम वर्ग है जिहड़े इन्हें साढ़े हाथ भी कटोरे चुकाते तनखा साड़ियां बंद करी जिहड़े होर मुलाजम हैगे आ उन्हां नाल भी गलबात करन दी असी जिहड़ी है कोशिश करांगे। मैम देखिया जाए कितना टाइम जिम्मे 7 महीने दस रहे हैं कि नहीं आई सैलरीज तो घर का जो गुजारा है किस तरह फिर औखा होंगे? नहीं सर सैलरीज तो आ रही ने 7 महीने तो ये जो प्राइवेट अकाउंट से उन्होंने बंद करने वास्ते एफ डी कहती कि सानू दो पैसा तो कोई इन्हों का आपस चल रहा है डिले हो रही है वो इन्होंने शॉर्ट आउट ऑफिसर्स लैवल पर करना है इंप्लाइज ने नहीं करना ਇਹਦਾ ਹਰ ਮਹੀਨੇ ਮਿਲ ਰਹੀ ਹੈ ਲੇਕਿਨ ਲੇਟ ਮਿਲ ਰਹੀ ਹੈ ਇਸ ਵਾਰੀ ਤਾਂ ਹੱਥੋਂ ਕਿ 9 ਤਰੀਕ ਅੱਜ ਨਿਕਲ ਗਈ ਆ ਹਾਲੇ ਵੀ ਕੋਈ ਪਤਾ ਨਹੀਂ ਕਿ ਸੈਲਰੀ ਕਦੋਂ ਮਿਲਣੀ ਹੈ। ਸਿਰਫ ਇਹੀ ਇਸ਼ੂ ਹੈ ਸੈਲਰੀ ਜਿਹੜੀ ਲੇਟ ਆ ਰਹੀ ਹੈ ਜਾਂ ਫਿਰ ਹੋਰ ਵੀ ਕੋਈ ਇਸ਼ੂ ਹੈ? ਇਸ ਟਾਈਮ ਤਾਂ ਸਿਰਫ ਅੱਜ ਦੀ ਡੇਟ 'ਚ ਤਾਂ ਸਾਰਾ ਪੰਜਾਬ ਹੀ ਬੰਦ ਹੈਗਾ ਸੈਲਰੀ ਨੂੰ ਲੈ ਕੇ, ਕਿਉਂਕਿ ਸੈਲਰੀ ਦੇ ਬਿਨਾਂ ਮੁਲਾਜ਼ਮ ਕੀ ਕਰੇਗਾ? ਪਹਿਲੀਆਂ ਤਰੀਕਾਂ 'ਚ ਤਨਖਾਹ ਲੈ ਜਿਹੜੇ ਲੈਣ ਵਾਲੇ ਨੇ ਲੈਣਦਾਰ ਤਾਂ ਪਹਿਲੀ ਤਰੀਕਾਂ 'ਚ ਹੀ ਆ ਜਾਂਦੇ ਆ, ਜਿਹੜੇ 4th ਕਲਾਸ ਹੈ ਉਹ 4th ਕਲਾਸ ਦੇ ਘਰ ਦਾ ਗੁਜ਼ਾਰਾ ਕਿੱਥੋਂ ਚੱਲੇਗਾ? ਇੱਕ ਇੱਕ ਬੰਦਾ ਕਮਾਉਣ ਵਾਲਾ ਹੁੰਦਾ। ਇਸ ਸਰਕਾਰ ਨੇ ਨਾ ਹੁਣ ਤੱਕ ਇੰਪਲਾਈਜ਼ ਨੂੰ ਵੀ ਭੁੱਖੇ ਨੰਗੇ ਬਣਾਤਾ। ਹਾਂ ਆਪ ਤਾਂ ਭੁੱਖੀ ਨੰਗੀ ਹੈਗੀ ਹੈ ਸਰਕਾਰ ਅਤੇ ਇੰਪਲਾਈਜ਼ ਨੂੰ ਵੀ ਇਹਨੇ ਭੁੱਖਾ ਨੰਗਾ ਬਣਾਤਾ ਵੀ ਉਹ ਦੂਜਿਆਂ ਦੇ ਮੂੰਹ ਵੱਲ ਦੇਖੇ ਕਿ ਅਗਲੇ ਨੂੰ ਟਾਈਮ 'ਤੇ ਤਨਖਾਹ ਨਹੀਂ ਮਿਲੇਗੀ ਤਾਂ ਦੂਸਰੇ ਵੱਲ ਹੀ ਦੇਖੇਗਾ ਨਾ। ਅਤੇ ਇਹ ਸਮੱਸਿਆ ਤਾਂ ਹੈਗੀ ਹੈ ਜਿਹੜਾ ਕਿ ਦੱਸ ਰਹੇ ਨੇ ਕਿ ਟਾਈਮ ਨਾਲ ਤਨਖਾਹ ਨਹੀਂ ਮਿਲ ਪਾਉਂਦੀ, ਇਸ ਤੋਂ ਇਲਾਵਾ ਜਿਹੜਾ ਧਰਨਾ ਹੈਗਾ ਇੱਕ ਅਲੱਗ ਤਰ੍ਹਾਂ ਦਾ ਧਰਨਾ, ਅਸੀਂ ਅਲੱਗ ਸਟਾਈਲ ਦਾ ਧਰਨਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਮਨਪ੍ਰੀਤ ਬਾਦਲ, ਜੀ ਹਾਂ ਫਾਈਨਾਂਸ ਮਿਨਿਸਟਰ ਪੰਜਾਬ ਦੇ ਮਨਪ੍ਰੀਤ ਬਾਦਲ ਦੀ ਗੱਲ ਕੀਤੀ ਜਾਵੇ, ਉਹਨਾਂ ਦਾ ਜਿਹੜਾ ਪੋਸਟਰ ਲਗਾਇਆ ਇੱਕ ਭਿੱਖ ਮੰਗੇ ਦੀ ਤੌਰ 'ਤੇ ਜਿਹਾ ਲਗਾਇਆ, ਸਰ ਉਸ ਬਾਰੇ ਪੁੱਛਾਂਗੇ, ਉਹ ਪੋਸਟਰ ਦੇ ਬਾਰੇ। ਇਹ ਜਿਹੜਾ ਪੋਸਟਰ ਲੱਗਿਆ ਜੀ ਇਹ ਅੱਜ ਤੋਂ 2 ਮਹੀਨੇ ਪਹਿਲਾਂ ਤਾਂ ਸਾਡੇ ਕੋਲ ਪਹੁੰਚਿਆ ਸੀਗਾ ਜਦੋਂ ਸਾਰੇ ਪੰਜਾਬ ਦੀ ਸਟ੍ਰਾਈਕ ਹੋਈ ਸੀਗੀ, ਉਹਦੇ ਵਿੱਚ ਸਾਂਝਾ ਮੁਲਾਜ਼ਮ ਮੰਚ ਨੇ ਕਾਲ ਦਿੱਤੀ ਸੀਗੀ ਸਾਰੇ ਪੰਜਾਬ, ਉਦੋਂ ਦਾ ਇਹ ਪੋਸਟਰ ਲੱਗਿਆ ਹੋਇਆ, ਲੇਕਿਨ ਅਸੀਂ ਇਸ ਪੋਸਟਰ ਨੂੰ ਹੁਣ ਮੁੜ ਸੁਰਜਿਤ ਕਰਦੇ ਹਾਂ। ਇਹਨੇ ਮੰਗਾਂ ਹੀ ਨਹੀਂ ਮੰਨੀਆਂ ਨਾ ਤਾਂ ਹੋਰ ਕੀ ਮੰਗ ਹੈ ਸਰ? ਤਨਖਾਹ ਜੇ ਲੇਟ ਆ ਰਹੀ ਹੈ ਇਸ ਤੋਂ ਇਲਾਵਾ? ਇਸ ਤੋਂ ਇਲਾਵਾ ਸਾਡੀ ਜਿਹੜੀ ਹੈਗੀ ਆ ਪੇ ਕਮਿਸ਼ਨ ਦੀ ਰਿਪੋਰਟ ਦਸੰਬਰ ਤੱਕ 30 ਦਸੰਬਰ ਤੱਕ ਕਿਹਾ ਸੀਗਾ, ਪਰ ਲੇਕਿਨ ਇਹ ਆਸਾਰ ਨਹੀਂ ਹੈਗੇ, ਨਾ ਇਹਨੇ DA ਦੀ ਕਿਸ਼ਤਾਂ ਕੋਈ ਰਿਲੀਜ਼ ਕਰੀਆਂ, ਨਾ ਕੋਈ ਹੋਰ ਬੈਨੀਫਿਟ ਦਿੱਤਾ। ਇਹ ਜਿਹੜੀ ਸਰਕਾਰ ਨਕੰਮੀ ਸਰਕਾਰ ਆ, ਸੋ ਅਕਾਲੀਆਂ ਦੇ ਟਾਈਮ ਵਿੱਚ ਸਾਨੂੰ ਸੈਲਰੀ ਅੱਜ ਤੱਕ ਕਦੇ ਨਹੀਂ ਰੁਕੀ, ਕੋਈ DA ਦੀ ਕਿਸ਼ਤ ਨਹੀਂ ਰੁਕੀ, ਚਲੋ ਦੇਰ ਸਵੇਰ ਤਾਂ ਹੁੰਦੀ ਰਹਿੰਦੀ ਆ, ਪਰ ਇਹ ਸਰਕਾਰ ਨੇ 2.5 ਸਾਲ ਵਿੱਚ ਮੁਲਾਜ਼ਮਾਂ ਨੂੰ ਰੋਡ ਦੇ ਉੱਪਰ ਲਿਆਂਦਾ, ਕਦੇ ਸੈਲਰੀ ਬੰਦ ਕਰਦੇ ਆ, ਕਦੇ DA ਦੀ ਕਿਸ਼ਤਾਂ ਬੰਦ ਕਰਦੇ ਆ, ਖਜ਼ਾਨਾ ਖਾਲੀ ਹੋਣ ਦੇ ਬਹਾਨੇ ਲਾ ਕੇ ਇਹ ਮੁਲਾਜ਼ਮਾਂ ਦਾ ਸ਼ੋਸ਼ਣ ਕਰਦੇ ਆ। ਠੀਕ ਹੈ, ਇਸ ਤਰ੍ਹਾਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਸੈਕਟਰ 36 ਤਕਨੀਕੀ ਵਿਭਾਗ ਤੋਂ ਕਿ ਕਿਸ ਤਰ੍ਹਾਂ ਦੇ ਧਰਨੇ 'ਤੇ ਬੈਠੇ ਹੋਏ ਨੇ ਜਿਹੜੇ ਤਕਨੀਕੀ
ਸਿੱਖਿਆ ਵਿਭਾਗ ਦੇ ਕਰਮਚਾਰੀ ਹੈਗੇ ਨੇ, ਅਲੱਗ ਅਲੱਗ ਜਿਹੜੇ ਕਲਾਸ ਦੇ ਹੈਗੇ ਨੇ, ਔਰ ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ ਇਹ ਜਿਹੜਾ ਧਰਨਾ ਹੈਗਾ ਇੱਕ ਅਲੱਗ ਸਟਾਈਲ ਦਾ ਇਸ ਕਰਕੇ ਹੈ ਕਿਉਂਕਿ ਜਿਹੜੇ ਆਪਣੇ ਫਾਈਨਾਂਸ ਮਿਨਿਸਟਰ ਨੇ ਪੰਜਾਬ ਦੇ ਮਨਪ੍ਰੀਤ ਸਿੰਘ ਬਾਦਲ, ਮਨਪ੍ਰੀਤ, ਉਹਨਾਂ ਦਾ ਅਲੱਗ ਤਰੀਕੇ ਨਾਲ ਇਹਨਾਂ ਨੇ ਆਪਣਾ ਪੋਸਟਰ ਲਾਇਆ ਹੈਗਾ ਹੈ, ਉਸ ਦੀਆਂ ਵੀ ਅੱਜ ਤੁਹਾਨੂੰ ਅਸੀਂ ਤਸਵੀਰਾਂ ਜਿਹੜੀਆਂ ਹੈਗੀਆਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਵੇਲੇ ਜਿਵੇਂ ਦੱਸਿਆ ਸੈਕਟਰ 36 'ਚ ਤਕਨੀਕੀ ਵਿਭਾਗ 'ਚ ਅਸੀਂ ਇਸ ਵੇਲੇ ਮੌਜੂਦ ਹੈ, ਉੱਥੇ ਇਹ ਧਰਨਾ ਸਵੇਰ ਤੋਂ ਲਾਇਆ ਗਿਆ ਹੈ ਮੁਲਾਜ਼ਮਾਂ ਵੱਲੋਂ, ਔਰ ਇੱਥੇ ਤੁਹਾਨੂੰ ਅਸੀਂ ਦਿਖਾਉਣਾ ਚਾਹਾਂਗੇ ਕਿ ਕਿਸ ਤਰ੍ਹਾਂ ਮਨਪ੍ਰੀਤ ਬਾਦਲ ਜਿਹੜੇ ਫਾਈਨਾਂਸ ਮਿਨਿਸਟਰ ਨੇ ਉਹਨਾਂ ਨੂੰ ਇੱਥੇ ਭਿੱਖ ਮੰਗੇ ਦੇ ਤੌਰ 'ਤੇ ਇਹਨਾਂ ਨੇ ਲਾਇਆ ਹੈ। ਜਿਹੜਾ ਜਿਹੜੇ ਇੱਥੇ ਮੁਲਾਜ਼ਮ ਹੈਗੇ ਨੇ ਧਰਨਾ ਦੇ ਰਹੇ ਨੇ, ਉਹਨਾਂ ਦਾ ਕਹਿਣਾ ਹੈਗਾ ਕਿ ਵਾਰ ਵਾਰ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਖਜ਼ਾਨਾ ਹੈਗਾ ਪੰਜਾਬ ਦਾ ਉਹ ਖਾਲੀ ਹੈਗਾ ਹੈ, ਅਤੇ ਜਿੱਥੇ ਇੱਥੇ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਕਿ ਨਵੇਂ ਟੈਕਸ ਲਾਏ, ਵਿਕਾਸ ਪ੍ਰੋਜੈਕਟ ਬੰਦ ਕੀਤੇ, ਲੋਕ ਭਲਾਈ ਯੋਜਨਾਵਾਂ 'ਤੇ ਘਾਟਾ ਫੇਰਿਆ, ਇਸ ਤੋਂ ਇਲਾਵਾ ਤਨਖਾਹਾਂ ਜਿਹਨਾਂ ਕਰਕੇ ਬੈਠੇ ਨੇ ਤਨਖਾਹਾਂ ਕੱਟੀਆਂ, ਪਰ ਖਜ਼ਾਨਾ ਫਿਰ ਖਾਲੀ ਦਾ ਖਾਲੀ, ਹੁਣ ਭੀਖ ਮੰਗਣੀ ਹੀ ਬਾਕੀ ਰਹਿ ਗਈ, ਉਹ ਵੀ ਮੰਗ ਕੇ ਦੇਖ ਲਓ ਮੰਤਰੀ ਸਾਹਿਬ 'ਤੇ। ਸਿੱਧੇ ਸਿੱਧੇ ਤੰਜ ਕੱਸਿਆ ਗਿਆ ਹੈ ਮੁਲਾਜ਼ਮਾਂ ਵੱਲੋਂ ਮਨਪ੍ਰੀਤ ਬਾਦਲ ਉੱਤੇ ਕਿ ਇਹਨਾਂ ਦੀ ਜਿਹੜੀਆਂ ਤਨਖਾਹਾਂ ਉੱਚ ਦੇਰੀ ਕੀਤੀ ਜਾਂਦੀ ਹੈ, ਹੋਰ ਵੀ ਬਹੁਤ ਮੰਗਾਂ ਉਹ ਕਹਿ ਰਹੇ, ਇਹਨਾਂ ਦਾ ਕਹਿਣਾ ਹੈਗਾ ਮੁਲਾਜ਼ਮਾਂ ਦਾ ਕਿ ਹਜੇ ਤੱਕ ਨਹੀਂ ਮੰਨੀਆਂ ਗਈਆਂ, ਅਤੇ ਅਸੀਂ ਤੁਹਾਨੂੰ ਇਸ ਧਰਨੇ ਦੀਆਂ ਜਿਹੜੀਆਂ ਤਸਵੀਰਾਂ ਦਿਖਾਈਆਂ, ਅਤੇ ਟੀਚਰਸ ਦਾ ਕਹਿਣਾ ਹੈਗਾ ਜਾਂ ਫਿਰ ਹੋਰ ਵੀ ਜਿਹੜੇ ਅਲੱਗ ਅਲੱਗ ਕਲਾਸ ਦੇ ਜਿਹੜੇ ਇੱਥੇ ਬੈਠੇ ਹੋਏ ਨੇ ਧਰਨੇ 'ਤੇ ਮੁਲਾਜ਼ਮ, ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣੀਆਂ, ਉਹ ਇਸੇ ਤਰ੍ਹਾਂ ਧਰਨੇ 'ਤੇ ਜਿਹੜਾ ਬੈਠੇ ਰਹਿਣਗੇ। ਕੈਮਰਾਮੈਨ ਨਿਤਿਨ ਦੇ ਨਾਲ ਅੰਕੁਸ਼ ਕੋਹਲੀ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ।